ਮੋਕੰਮ ਭਗਵਾਨ ਪਰਮਾਨ ਨੂੰ ਇਹ ਕਿਹਾ ਜਾਵੇਗਾ ਕਿ ਜੋ ਪੰਜਾਬ ਸਰਕਾਰ ਦੇ ਮਨਾਂ ਦਾ ਡੀ 38% ਆ ਕੇਂਦਰ ਸਰਕਾਰ ਦੇ ਮਨਾਂ ਦਾ ਡੀ 46% ਅੱਠ ਹਜ਼ਾਰ ਘੱਟ ਆ ਬਿਨਾਂ ਦੇ ਮਨਾਂ ਦਾ ਕਿ ਪੰਜਾਬ ਦੇ ਮਨਾਂ ਦੇ ਡੀ ਅੱਠ ਹਜ਼ਾਰ ਵਾਧਾ ਕੀਤਾ ਹੋਵੇ ਜੇਕਰ ਪੰਜਾਬ ਦੇ ਮਨਾਂ ਦਾ ਅੱਠ ਹਜ਼ਾਰ ਡੀ ਵਾਧਾ ਹੁੰਦਾ ਤਾਂ ਘੱਟੋ ਘੱਟ 5-5 7-7 8 ਹਜ਼ਾਰ ਹਰ ਮਹੀਨੇ ਤਨਖਾਹ ਵਾਧਾ ਮਿਲੂਗੀ ਪਰ ਹੁਣ ਪੰਜਾਬ ਦੇ ਮਨਾਂ ਦਾ ਡੀ 38% ਆ ਇਸ ਕਰਕੇ ਪੰਜਾਬ ਦੇ ਮਨਾਂ ਨੂੰ ਜੋ ਤਨਖਾਹ ਹਰ ਮਹੀਨੇ ਅੰਨੇ 7000 ਜਾਂ 8000 ਘੱਟ ਮਿਲੇ ਬੇਸਿਕ ਵੇਸੇ ਹਿਸਾਬ ਨਾਲ ਰਨਖਾ ਘੱਟ ਮਿਲੀ ਆ ਜੇਕਰ 8 ਸੈਂਡ ਵਾਧਾ ਹੋ ਜਾਂਦਾ ਤਾਂ ਹਰ ਇੱਕ ਮੁਲਾਜ਼ਮ ਦੀ ਤਨਖਾਹ ਦੇ 5000 7000 10000 ਬਾਹਸਦਾ ਹੈ ਜੀ ਹਾਂਜੀ ਮੈਡਮ ਜੀ ਸਰ ਜਿਵੇਂ ਸਰ ਜੀ ਗਣ ਕਰ ਲਈਏ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਦੀ ਸੰਗਰੂਰ ਦੇ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਵਾਉਣ ਦੇ ਲਈ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਫਾਣ ਦੇ ਵੱਲੋਂ ਕੁੰਭਕਰਨ ਹੋਤੀ ਹੋਈ ਸਰਕਾਰ ਨੂੰ ਜਕਾਉਣ ਦੇ ਲਈ ਨਿਯਮ ਜਿਹੜੀ 1972 ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਲਈ 25 ਫਰਵਰੀ ਨੂੰ ਰੈਲੀ ਜਿਹੜੀ ਕੀਤੀ ਜਾਵੇਗੀ ਜੀ ਸਰ ਬਾਜਾ ਸਰਕਾਰ ਵੱਲੋਂ ਰਾਜਸਥਾਨ ਦੇ ਨਾਲ ਮਲਾਮਨ ਧੋਖਾ ਕੀਤਾ ਗਿਆ ਹੈ ਜਦੋਂ ਕਾਂਗਰਸ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਸੀ ਪਰ ਭਾਜਪਾ ਦੀ ਸਰਕਾਰ ਹੋਣ ਕਰਕੇ ਰਾਜਸਥਾਨ ਦੇ ਵਿੱਚ ਜੋ ਪੁਰਾਣੀ ਬੈਂਕਿੰਗ ਬੰਦ ਕੀਤੀ ਗਈ ਆ ਨਵੀਂ ਬੈਂਕਿੰਗ ਲਾਗੂ ਕੀਤੀ ਗਈ ਆ ਹਾਂਜੀ ਮੈਡਮ ਪੰਜਾਬ ਸਰਕਾਰ ਵੱਲੋਂ ਕੁਝ ਅਹਿਮ ਤੇ ਵੱਡੇ ਫੈਸਲੇ ਲਏ ਗਏ ਨੇ ਇਸੇ ਮੀਟਿੰਗ ਦੇ ਵਿੱਚ ਮਕਾਨਾਂ ਦੇ ਨਕਸ਼ਿਆਂ ਨੂੰ ਪਾਸ ਕਰਨ ਸੰਬੰਧੀ ਇੱਕ ਵੱਡਾ ਫੈਸਲਾ ਲਿਆ ਗਿਆ ਉਸ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਪੰਜਾਬ ਸਰਕਾਰ ਨੇ ਮਿਊਨਿਸਪਲ ਬਿਲਡਿੰਗ ਬਾਇਲॉज 2018 ਦੇ ਨੀਮਾ ਦੇ ਵਿੱਚ ਸੋਧ ਕੀਤੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਹੂਲਤ ਜਿਹੜੀ ਦਿੱਤੀ ਜਾ ਸਕੇ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਮਿਊਨਿਸਪਲ ਹੱਦ ਦੇ ਵਿੱਚ ਜਿਹੜੇ 500 ਗਜ ਤੋਂ ਘੱਟ ਦੇ ਗਾਟਦੇ ਰਹੀਆਂ ਸੀ ਇਮਾਰਤਾਂ ਨੇਗੀਆਂ ਉਹਨਾਂ ਦੇ ਉੱਪਰ ਜਿਹੜੇ ਨਕਸ਼ੇ ਨੇ ਜਿਹੜੇ ਪਾਸ ਕੀਤੇ ਜਾਂਦੇ ਨੇ ਉਸ ਦੇ ਵਿੱਚ ਪਹਿਲਾਂ ਨਾਲੋਂ ਸੋਧ ਕੀਤੀ ਗਈ ਹੈ ਜਿਹੜੇ ਹੁਣ ਨਕਸ਼ੇ ਦੇ ਇਮਾਰਤਾਂ ਨੇ ਖੁਦ ਜਿਹੜਾ ਮਕਾਨ ਜੋ ਮਾਲਕ ਹੈ ਮਕਾਨ ਦਾ ਜਾਂ ਫਿਰ ਜ਼ਮੀਨ ਦਾ ਉਹ ਖੁਦ ਇਸ ਨੂੰ ਸਵੈਟਸ ਦੀ ਕਰੇਗਾ ਜ਼ਮੀਨ ਦਾ ਮਾਲਕ ਤੇ ਆਰਟੀਟੈਕ ਇਸ ਨੂੰ ਤਸਦੀਕ ਕਰਨਗੇ ਤੇ ਕੁਝ ਨਿਯਮਾਂ ਦੇ ਅਨੁਸਾਰ ਇਸ ਨੂੰ ਅਪਲੋਡ ਕਰਨਗੇ ਡਾਕੂਮੈਂਟ ਜਿਹੜੇ ਵੀ ਇਸ ਦੇ ਜ਼ਰੂਰੀ ਹੋਣਗੇ ਸਬੰਧਿਤ ਫੀਸ ਦਿੱਤੀ ਜਾਵੇਗੀ ਉਸ ਤੋਂ ਬਾਅਦ ਨਕਸ਼ਾ ਉਹ ਕਮੇਟੀ ਦੇ ਕਰਮਚਾਰੀਆਂ ਵੱਲੋਂ ਪਾਸ ਕੀਤਾ ਦੱਸਿਆ ਜਾ ਰਿਹਾ ਹੈ ਸੋ ਨਕਸ਼ਾ ਜਿਹੜਾ 5-7 ਦਿਨਾਂ ਦੇ ਵਿੱਚ ਪਾਸ ਕੀਤਾ ਜਾਵੇਗਾ ਇਸ ਤੋਂ ਬਾਅਦ ਉਹ ਜ਼ਮੀਨ ਜਿਹੜਾ ਮਕਾਨ ਦਾ ਮਾਲਕ ਹੈ ਉਸ ਜ਼ਮੀਨ ਤੇ ਇਮਾਰਤ ਬਣਾ ਸਕੇਗਾ ਸੋ ਇਸ ਤੋਂ ਪਹਿਲਾਂ ਦਾ ਜੋ ਪ੍ਰੋਸੈਸ ਸੀ ਉਸ ਦੇ ਵਿੱਚ ਮਿਊਨਿਸਪਲ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੁਆਰਾ ਹੀ ਨਕਸ਼ੇ ਪਾਸ ਕੀਤੇ ਜਾਂਦੇ ਸੀ ਜਿਸ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ ਉਸ ਤੋਂ ਬਾਅਦ ਜ਼ਮੀਨ ਦਾ ਮਾਲਕ ਇਮਾਰਤ ਦੀ ਉਸਾਰੀ ਕਰ ਸਕਦਾ ਸੀ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ 500 ਗੱਜ ਤੋਂ ਘੱਟ ਦੇ ਰਿਹਾ ਸ਼ੀ ਇਮਾਰਤਾਂ ਦੇ ਜਿਹੜੇ ਨਕਸ਼ੇ ਨੇ ਉਹ ਖੁਦ ਮਾਲਕ ਜਿਹੜੇ ਨੇ ਜ਼ਮੀਨ ਦੀ ਤਸਦੀਕ ਕਰਨਗੇ ਆਰਟੀਟੈਕ ਵੀ ਤਸਦੀਕ ਕਰਨਗੇ ਤੇ ਉਸ ਤੋਂ ਬਾਅਦ ਤਸਦੀਕ ਸੁਦਾ ਨਕਸ਼ੇ ਦੇ ਡਾਕੂਮੈਂਟ ਜਿਹੜੇ ਨੇ ਉਹ ਸਾਈਟ ਤੇ ਅਪਲੋਡ ਕੀਤੇ ਜਾਣਗੇ ਤੇ ਦੱਸਿਆ ਜਾ ਰਿਹਾ ਕਿ 5-7 ਦਿਨਾਂ ਦੇ ਅੰਦਰ-ਅੰਦਰ ਜਿਹੜੇ ਨਕਸ਼ੇ ਨੇ ਉਹ ਪਾਸ ਹੋ ਜਾਣਗੇ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜੋ ਕਰਨਾ ਪੈਂਦਾ ਸੀ ਪਹਿਲਾਂ ਕਈ ਕਈ ਮਹੀਨਿਆਂ ਤੱਕ ਨਕਸ਼ੇ ਪਾਸ ਨਹੀਂ ਹੁੰਦੇ ਸੀ ਉਹ ਰੀਕ ਨਹੀਂ ਕਰਨੀ ਪਵੇਗੀ ਤੇ ਜਿਹੜੇ ਲੋਕ ਨੇ ਉਹ ਖੁਦ ਨਕਸ਼ੇ ਦੀ ਤਸਦੀਕ ਕਰਨਗੇ ਇਸ ਦਾ ਲਾਭ ਜੋ ਲੈ ਸਕਣਗੇ ਆਪਣਾ ਮਨ ਚਾਹੀ ਇਮਾਰਤ ਨੂੰ ਜਲਦੀ ਤੋਂ ਜਲਦੀ ਬਣਾ ਸਕਣਗੇ ਸੋ ਇਹ ਫੈਸਲਾ ਕੀਤਾ ਗਿਆ ਹੈ ਪਰ ਇਹ ਗੱਲ ਦੱਸ ਦਈਏ ਕਿ ਇਹ ਜੋ ਨਿਯਮ ਹੈ ਉਹ 500 ਗੱਜ ਤੋਂ ਘਟਦੇ ਜਿਹੜੇ ਪਲਾਟ ਨੇ ਉਸ ਉੱਪਰ ਹੀ ਲਾਗੂ ਹੋਵੇਗਾ ਇਸ ਤੋਂ ਉੱਪਰ ਜਿਹੜੇ ਪਲਾਟ ਨੇ ਉਹਨਾਂ ਉੱਪਰ ਇਹ ਨਿਯਮ ਲਾਗੂ ਨਹੀਂ ਹੋਣਗੇ ਸੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ